ਉਦੋਂ ਸਾਲ ਚ ਮੈਨੂੰ ਬਹੁਤ ਲਾਸ ਹੋਇਆ ਘੱਟੋ ਘੱਟ ਨਾ ਵਾਲਾ 5-6 ਲੱਖ ਦਾ ਹੋ ਗਿਆ ਜੀ ਇੱਕ ਸਾਲ ਚ ਬਹੁਤ ਜਾਨਵਰ ਮਰੇ ਜੀ ਮੰਮੀ ਡੈਡੀ ਮੇਰੇ ਬਾਹਰ ਪੱਕੇ ਨੇ ਕੈਨੇਡਾ ਚ ਉਹ ਮੈਨੂੰ ਉਹਨਾਂ ਨੇ ਬਹੁਤ ਜ਼ੋਰ ਲਾਇਆ ਕਹਿੰਦੇ ਕੰਮ ਛੱਡ ਦੇ ਪਰ ਜੀ ਕਿੱਥੇ ਚਸ ਕਰ ਜੋ ਦਿਲ ਮਤਲਬ ਤੁਸੀਂ ਉਹ ਵਾਲੀ ਲਾਈਫ ਛੱਡ ਕੇ ਇੱਧਰ ਆਪਾਂ ਗਏ ਡੌਗ ਚ ਇੰਨਾ ਪਿਆਰ ਹਾਂਜੀ ਨਾ ਨਾ ਜੀ ਲੋਕ ਕਹਿੰਦੇ ਨੇ ਗਵਾਂਢੀ ਇੱਕ ਤੀੜ ਰੱਖਿਆ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿੰਨਾ ਰੱਖੀ ਉਹਨਾਂ ਦਾ ਤੀੜ ਹੀ ਕਹਿਣਾ ਨਾ ਜੀ ਠੀਕ ਹੈ ਆਪਾਂ ਬਾਹਰ ਕੋਈ ਕੁੱਤਾ ਫਿਰਦਾ ਆਪਾਂ ਤਾਂ ਉਹਨਾਂ ਨੂੰ ਵੀ ਟ੍ਰੀਟਮੈਂਟ ਕਰ ਦਈਦਾ ਫਰੀ ਅਸੀਂ ਵੀ ਵੀਡੀਓ ਵਗੈਰਾ ਪਾਉਂਦੇ ਆ ਕਹਿੰਦੇ ਨੇ ਇਹ ਤਾਂ ਮੱਝ ਰੱਖ ਲਓ ਨਹੀਂ ਮੱਝ ਉਹ ਮੱਝ ਹੀ ਆਪਦੇ ਥਾਂ ਤੇ ਹੈ ਨਾ ਇਹ ਫੈਮਿਲੀ ਡੌਗ ਆ ਬਹੁਤ ਪਿਆਰ ਆ ਉਹਨਾਂ ਦਾ ਠੀਕ ਹੈ ਇੱਕ ਹਸਕੀ ਦੀ ਨਾ ਵੀਡੀਓ ਪਾਈ ਸੀ ਟਿਕਟੌਕ ਦੇ ਉਹ ਕਹਿੰਦੇ ਵੀ ਮਤਲਬ ਇੰਡੀਆ ਵਾਸਤੇ ਵਧੀਆ ਨੇਗੇ ਵੈਦਰ ਇੱਥੇ ਦਾ ਥੋੜਾ ਨਹੀਂ ਕੋਈ ਸੁਣੀ ਵੈਦਰ ਗੁਜ਼ਰਦਾ ਉਹ ਤੋਂ ਗੱਲਾਂ ਕਹਿਣ ਚ ਨਹੀਂ ਜੀ ਠੀਕ ਹੈ ਕੋਈ ਲਓ ਆਪਣੇ ਅੱਜ ਕੱਲ੍ਹ ਜਿਹੜੇ ਗੂਗਲ ਤੇ ਸਰਚ ਕਰਦੀ ਜੀ ਠੀਕ ਹੈ ਉਹ ਬਾਹਰਲੀ ਪੋਸਟਰ ਚੱਕ ਕੇ ਆ ਜਾਂਦੀਆਂ ਨੇ ਜੀ ਅਲੱਗ ਕਹਿੰਦੇ ਬਰਫ਼ ਤੇ ਰਹਿੰਦੀ ਹੈ ਕੋਈ ਇਸ਼ੂ ਨਹੀਂ ਗਾ ਜੀ ਆਪਣੇ ਕੋਲੇ ਠੀਕ ਹੈ ਪੂਰੀ ਰਹਿੰਦੀ ਤੁਹਾਨੂੰ ਪਤਾ ਜੀ ਫਾਰਮ ਦੀ ਸਾਰਿਆਂ ਦਾ ਇਕੱਠੇ ਨਾਲ ਹੀ ਫਿਰਦੀ ਆ ਠੀਕ ਹੈ ਕੀਤਾ ਆਪਾਂ ਜੀ ਅੱਛਾ ਅੱਛਾ ਮਤਲਬ ਘਰ ਦੇ ਨਹੀਂ ਬੜੀਆਂ ਗੱਲਾਂ ਕੱਢੀਆਂ ਹੋਣੇ ਪਹਿਲਾਂ ਬਹੁਤ ਹੀ ਬਹੁਤ ਜੀ ਉਹ ਕਹਿੰਦੇ ਕੰਮ ਕੀ ਇਹ ਕੋਈ ਕੰਮ ਹੈਗਾ ਕੁੱਤਾ ਕੰਮ ਮੈਂ ਨਹੀਂ ਜੀ ਤਾਂ ਕਰਕੇ ਸ਼ੌਕ ਸੀ ਆਪਾਂ ਨੂੰ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਡੌਗ ਪ੍ਰੋਡਕਸ਼ਨ ਟੀਵੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਡਿਫਰੈਂਟ ਜੀ ਵੀਡੀਓ ਲੈ ਕੇ ਆਏਗੇ ਠੀਕ ਹੈ ਜੀ ਤੁਹਾਨੂੰ ਪਤਾ ਆਪਾਂ ਡੌਗ ਦੇ ਰਿਲੇਟਡ ਆਪਾਂ ਵੀਡੀਓ ਪਾਉਂਦੇ ਹਾਂ ਜੀ ਅੱਜ ਆਪਾਂ ਕੈਨਲ ਤੇ ਪਹੁੰਚੇ ਹਾਂ ਜੀ ਮਲਡ ਕੈਨਲ ਠੀਕ ਹੈ ਜੀ ਹਰਦਾਸਪੁਰਾ ਵਿੱਚ ਜੋ ਕਿ ਨੀਅਰ ਰਾਏਕੋਟ ਵੀ ਪੈਂਦਾ ਇੱਦਾਂ ਵੈਸੇ ਬਰਨਾਲੇ ਏਰੀਆ 'ਚ ਪੈਂਦਾ ਹੈਗਾ ਠੀਕ ਹੈ ਜੀ ਅੱਜ ਆਪਾਂ ਉੱਥੇ ਪਹੁੰਚੇ ਹਾਂ ਇੱਥੇ ਦੇਖਾਂਗੇ ਵੀ ਕਿਹੜੀ ਕਿਹੜੀ ਬਰੀਡ ਹੈ ਜੀ ਇਹਨਾਂ ਵੀਰਾਂ ਕੋਲ ਠੀਕ ਹੈ ਕਿੱਦਾਂ ਮਤਲਬ ਕੀ ਸੇਲ ਪਰਚੇਜ਼ ਆ ਜੀ ਕੀ ਇਹਨਾਂ ਦੀ ਡਾਇਟ ਪਲਾਨ ਨੇਗੇ ਠੀਕ ਹੈ ਉਹ ਤੁਹਾਨੂੰ ਦਿਖਾਵਾਂਗੇ ਮਤਲਬ ਕਿਸੇ ਵੀਰ ਨੇ ਕੋਈ ਨਵਾਂ ਆਪਣਾ ਕੈਨਲ ਵਗੈਰਾ ਓਪਨ ਕਰਨਾ ਹੋਵੇ ਉਹਨੂੰ ਉਹਨਾਂ ਵਾਸਤੇ ਕੀ ਮਤਲਬ ਹਦਾਇਤਾਂ ਨੇ ਹੈ ਨਾ ਜੀ ਕਿਸ ਚੀਜ਼ ਤੋਂ ਉਹਨਾਂ ਨੂੰ ਜਾਣੂ ਕਰਾਉਣੇ ਠੀਕ ਹੈ ਆਪਾਂ ਇਹ ਵੀਡੀਓ ਦੇ ਵਿੱਚ ਵੀਰੇ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਠੀਕ ਹੈ ਜੀ ਕੀ ਇਹਨਾਂ ਨੂੰ ਪਾਉਂਦੇ ਹੈਗੇ ਕੀ ਇਹਨਾਂ ਦੀ ਡਾਇਟ ਰਹਿਣ ਵਾਲੀ ਹੈਗੀ ਠੀਕ ਹੈ ਕਿਹੜੀ ਬਿਮਾਰੀ ਤੋਂ ਕਿੱਦਾਂ ਹੋਵੇ ਸਾਰੀ ਆਪਾਂ ਟੋਟਲੀ ਡਾਇਟ ਉਹ ਮਤਲਬ ਤੁਹਾਨੂੰ ਦੱਸਾਂਗੇ ਅਤੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਆਪਾਂ ਗੱਲਬਾਤ ਕਰਾਂਗੇ ਵੀਰਾਂ ਨਾਲ ਅਤੇ ਜਿਹੜੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਖਰਾਬ ਕਰਾਂਗੇ ਚੱਲਦੇ ਵੀਰੇ ਵੀਡੀਓ ਵੱਲ ਆ ਜਾਈਏ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਸਿਹਤਾਂ ਠੀਕ ਨੇ ਹਾਂਜੀ ਹਾਂ ਪੂਰੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਪਹੁੰਚੇ ਹੋਗੇ ਚਲੋ ਫਾਰਮ ਤੇ ਹਾਂਜੀ ਹੋ ਠੀਕ ਠਾਕ ਵਧੀਆ ਹਾਂਜੀ ਹਾਂ ਪੂਰੇ ਵਧੀਆ ਜੀ ਅੱਛਾ ਆਪਾਂ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦੇ ਨੂੰ ਆਪਾਂ ਨੂੰ ਜੀ 12 ਸਾਲ ਹੋ ਗਏ ਜੀ 12 ਸਾਲ ਹੋ ਗਏ ਹਾਂਜੀ ਮਤਲਬ ਅੱਧੀ ਉਮਰ ਨਾਲ ਕਰਦੀ ਹਾਂਜੀ ਹਾਂ ਛੋਟੇ ਹੁੰਦੇ ਲੱਗੇ ਸੀ ਕੰਮ ਜੀ ਅੱਛਾ ਅੱਛਾ ਠੀਕ ਹੈ ਛੋਟੇ ਹੁੰਦੇ ਲੱਗੇ ਸੀ ਹਾਂਜੀ ਠੀਕ ਹੈ ਤੇ ਆਪਣੇ ਕੋਲ ਕਿੰਨੇ ਕੁ ਬਰੀਡ ਨੇ ਜੀ ਆਪਣੇ ਕੋਲ ਆਪਣੇ ਕੋਲ ਜੀ ਜਰਮਨ ਸ਼ੈਫਰਡ ਆ ਠੀਕ ਹੈ ਲੈਬਰੇ ਲੈਬਰੇ ਹਾਂਜੀ ਰੌਡ ਵਿਲਦਰ ਆ ਠੀਕ ਹੈ ਪਾਪੀ ਆਪਾਂ ਨੂੰ ਹਰੇਕ ਬਰੀਡ ਦਾ ਮਿਲ ਜਾਂਦਾ ਹੈਗਾ ਠੀਕ ਹੈ ਜੀ ਆਪਣੇ ਨਸਲਾਂ ਪਰਸਨਲ ਥੋੜੀ ਰੱਖੀ ਮਿਲੇਗੀ ਆ ਠੀਕ ਹੈ ਜੀ ਹਾਂਜੀ ਵਧੀਆ ਵਧੀਆ ਸੁਣ ਕੇ ਠੀਕ ਹੈ ਹਾਂਜੀ ਹਾਂਜੀ ਮਤਲਬ ਜਦੋਂ ਆਪਾਂ ਨੇ ਸਟਾਰਟਿੰਗ ਕੀਤੀ ਇਹਦੀ ਕੰਮ ਦੀ ਹਾਂਜੀ ਮਤਲਬ ਦਿੱਕਤਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਜੀ ਬਹੁਤ ਦਿੱਕਤ ਸਾਹਮਣਾ ਕਰਨਾ ਪਿਆ ਜੀ ਬਹੁਤ ਮੁਸ਼ਕਲਾਂ ਮਿਲੀਆਂ ਨੇ ਹਾਂਜੀ 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 ਕੁਛ ਇਦਾਂ ਦਾ ਦੱਸੋ ਜੀ ਸਾਨੂੰ ਮਤਲਬ ਤੁਹਾਡਾ ਇਹੋ ਜਿਹੇ ਮਨ 'ਚ ਵੀ ਛੱਡ ਦੇਣਾ ਯਾਰ ਕੰਮ ਆਪਾਂ ਕਰ ਲੈਣੇ ਆ ਕੁਛ ਇਦਾਂ ਦਾ ਦੌਰ ਗੁਜ਼ਰਿਆ ਹੋਣਾ ਜੀ ਬਾ ਜੀ ਬਹੁਤ ਕੀ ਕਹੀਏ ਜੀ ਹੁਣ ਪਿਛਲਾ ਚੇਂਜ ਕਰਕੇ ਨਾ ਫਿਰ ਕੰਮ ਕਰਨ ਜੀ ਨਹੀਂ ਕਰਦਾ ਹੈਗਾ ਤਾਂ ਕਰਕੇ ਹਾਂਜੀ ਭੁੱਲ ਗਈ ਹਰ ਕੋਈ ਕੰਮ ਕੀਤਾ ਆਪਾਂ ਜੀ ਅੱਛਾ ਅੱਛਾ ਮਤਲਬ ਘਰ ਦੇ ਨਹੀਂ ਬੜੀਆਂ ਗੱਲਾਂ ਕੱਢੀਆਂ ਹੋਣੇ ਪਹਿਲਾਂ ਬਹੁਤ ਹੀ ਬਹੁਤ ਜੀ ਉਹ ਕਹਿੰਦੇ ਕੰਮ ਕੀ ਇਹ ਕੋਈ ਕੰਮ ਹੈਗਾ ਕੁੱਤਾ ਕੰਮ ਮੈਂ ਨਹੀਂ ਜੀ ਤਾਂ ਕਰਕੇ ਸ਼ੌਕ ਸੀ ਇੱਕ ਆਪਾਂ ਨੂੰ ਠੀਕ ਹੈ ਇਸ ਕਰਕੇ ਫਿਰ ਉਹ ਲੈਂਚ ਪੈ ਗਏ ਅਕਸਰ ਮੈਂ ਇੱਕ ਚੀਜ਼ ਸੁਣਦਾ ਹਾਂ ਜੀ ਲੋਕ ਕਹਿੰਦੇ ਨੇ ਗਵਾਂਢੀ ਇੱਕ ਤੀੜ ਰੱਖਿਆ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿੰਨਾ ਰੱਖੀ ਉਹਨਾਂ ਦਾ ਤੀੜ ਹੀ ਕਹਿਣਾ ਨਾ ਜੀ ਠੀਕ ਹੈ ਆਪਾਂ ਵੀ ਬਾਹਰ ਕੋਈ ਕੁੱਤਾ ਫਿਰਦਾ ਆਪਾਂ ਤਾਂ ਉਹਨਾਂ ਦੀ ਵੀ ਟ੍ਰੀਟਮੈਂਟ ਕਰ ਦਈਦਾ ਫਰੀ ਆ ਅਸੀਂ ਵੀ ਵੀਡੀਓ ਵਗੈਰਾ ਪਾਉਂਦੇ ਆ ਕਹਿੰਦੇ ਨੇ ਇਹ ਤਾਂ ਮੱਝ ਰੱਖ ਲਓ ਨਹੀਂ ਮੱਝ ਉਹ ਮੱਝ ਆਪਦੇ ਥਾਂ ਤੇ ਹੈ ਨਾ ਹਾਂਜੀ ਇਹ ਫੈਮਿਲੀ ਡੌਗ ਆ ਬਹੁਤ ਪਿਆਰ ਆ ਉਹਨਾਂ ਦਾ ਠੀਕ ਹੈ ਤਾਂ ਮਤਲਬ ਬਰੀਡਿੰਗ ਤੇ ਵੀ ਕੰਮ ਕਰਦੇ ਜਾਂ ਸੇਲ ਪਰਚੇਜ਼ ਵੀ ਕਰਦੇ ਬਰੀਡਿੰਗ ਦਾ ਵੀ ਸੇਲ ਪਰਚੇਜ਼ ਕਰਦੇ ਆ ਦੋਨੇ ਕਰ ਲੈਂਦੇ ਦੋਨੇ ਕਰਦੇ ਹਾਂਜੀ ਠੀਕ ਹੈ ਅੱਜ ਆਪਣੇ ਕੋਲ ਕਿੰਨੇ ਕੁ ਸੇਲ ਪਰਚੇਜ਼ ਵਾਸਤੇ ਹੈਗੇ ਨੇ ਬੱਚੇ ਆਪਾਂ ਕੋਲੇ 15-18 ਬੱਚੇ ਹੈਗੇ ਸੇਲ ਪਰਚੇਜ਼ ਦੀ ਖਾਤਰ ਠੀਕ ਹੈ ਬਾਕੀ ਰੋਜ਼ ਸਟਾਕ ਆਉਂਦਾ ਰੋਜ਼ ਚੱਲਿਆ ਜਾਂਦਾ ਜੀ ਨਵਾਂ ਰੋਜ਼ ਮੰਗਾਉਂਦਾ ਮਤਲਬ ਵਧੀਆ ਨਾਮ ਬਣਿਆ ਹੈਗਾ ਹਾਂਜੀ ਪੂਰਾ ਵਧੀਆ ਬਣਿਆ ਬਾਈ ਠੀਕ ਹੈ ਹਾਂਜੀ ਫਿਰ ਇਹਨਾਂ ਦੇ ਨਾਲ ਡਾਈਟ ਵਗੈਰਾ ਵੀਰੇ ਕਿੱਦਾਂ ਡਾਈਟ ਵਗੈਰਾ ਜੀ ਆਪਾਂ ਦਾ ਫਾਰਮ ਤੇ ਆਪਦਾ ਨਾ ਡਾਇਟ ਆਪ ਜੀ ਨੇਚਰ ਨਹੀਂ ਕਰਦੇ ਹੈਗੇ ਠੀਕ ਹੈ ਕੋਈ ਆਪਾਂ ਚਿਕਨ ਚੁਕਨ ਨਹੀਂ ਪਾਉਂਦੇ ਠੀਕ ਹੈ ਆਪਣੇ ਵਿੱਚ ਕੋਈ ਰੋਟੀ ਦਹੀਂ ਬਸ ਇਹੀ ਪਾਉਂਦੇ ਆ ਜੀ ਠੀਕ ਹੈ ਹਾਂਜੀ ਜਿਵੇਂ ਅੱਜ ਕੱਲ੍ਹ ਵੈਦਰ ਦੇ ਹਿਸਾਬ ਨਾਲ ਜੀ ਮਤਲਬ ਬਿਮਾਰੀਆਂ ਬਹੁਤ ਚੱਲਦੀਆਂ ਨੇਗੀਆਂ ਨਹੀਂ ਉਹਨਾਂ ਨੂੰ ਟ੍ਰੀਟਮੈਂਟ ਟਾਈਮ ਟਾਈਮ ਸਹੀ ਮਿਲੀ ਜਾਵੇ ਹੈ ਨਾ ਜੀ ਠੀਕ ਹੈ ਆਪਣੇ ਟ੍ਰੀਟਮੈਂਟ ਸਹੀ ਹੋ ਗਿਆ ਕੋਈ ਕੁਛ ਨਹੀਂ ਕੋਈ ਚੱਕਰ ਪੈਂਦਾ ਜੀ ਕੱਲ੍ਹ 'ਚ ਕੋਈ ਆਪਾਂ ਕੋਈ ਟੀਕਾ ਵੈਕਸੀਨ ਨਹੀਂ ਲਵਾਉਣੀ ਕੁਛ ਵੀ ਨਹੀਂ ਕਰਨਾ
ਜੋ ਮੈਂ ਕੰਮ ਸਟਾਰਟਿੰਗ ਕੀਤਾ ਜੀ ਉਦੋਂ ਸਾਲ ਸਾਲ ਚ ਮੈਨੂੰ ਬਹੁਤ ਲੋਸ ਹੋਇਆ ਘੱਟੋ ਘੱਟ ਨਾ ਵਾਲਾ 5-6 ਲੱਖ ਦਾ ਹੋ ਗਿਆ ਜੀ ਇੱਕ ਸਾਲ ਚ ਬਹੁਤ ਜਾਨਵਰ ਮਰੇ ਜੀ ਤੇ ਲੋਕਾਂ ਨੇ ਬਿਮਾਰ ਦੇ ਦਿੰਦੇ ਜੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਨਾ ਨੌਲੇਜ ਕੀ ਵਾਰ ਹੈ ਜੀ ਸਟਾਰਟਿੰਗ ਚ ਬਿਮਾਰ ਦੇ ਦਿੰਦੇ ਜਾਂ ਕੋਈ ਚੀਜ਼ ਹੈ ਜੀ ਦੇਣੀ ਜਾਂ ਕੋਈ ਵਿਕੇ ਨਾ ਉਹਨੇ ਬਹੁਤ ਸਾਹਮਣਾ ਕੀਤਾ ਕਈ ਵਾਰੀ ਮੈਂ ਇੱਕ ਜਰਮਨ ਸ਼ੈਫਰਡ ਕੁੱਤਾ ਲੈ ਲਈ ਬਹੁਤ ਸੋਹਣਾ ਤੇ ਉਹ ਕੁੱਤਾ ਮੇਰਾ ਡੌਗ ਸੂਟ ਮੈਂ ਚਲਿਆ ਗਿਆ ਤੇ ਉੱਥੇ ਮੈਨੂੰ ਬਹੁਤ ਬੰਦੇ ਕਹਿੰਦੇ ਸੇਲ ਕਰਦੇ ਸੇਲ ਕਰਦੇ ਠੀਕ ਹੈ ਤੇ ਉੱਥੇ ਮੈਨੂੰ ਵਧੀਆ ਉਹਦੀ ਮਿਲੇ ਰੁਪਈਏ ਮਿਲਣ ਤੇ ਮੈਂ ਦਿੱਤਾ ਨਹੀਂ ਜੀ ਤੇ ਰਾਹ ਚ ਆਉਂਦਾ ਉਹਦੀ ਡੈਥ ਹੋ ਗਈ ਦੇਖੋ ਅਟੈਕ ਹੋ ਗਿਆ ਉਹਨਾਂ ਨੂੰ ਮੌਸਮ ਚੇਂਜ ਹੁੰਦਾ ਜੀ ਪਾਰਵੋ ਦਾ ਬਹੁਤ ਨੁਕਸਾਨ ਹੁੰਦਾ ਜੀ ਉਦੋਂ ਆਪਾਂ ਟ੍ਰੀਟਮੈਂਟ ਜਿਵੇਂ ਆਪਾਂ ਕੋਈ ਬੱਚਾ ਲੈ ਲਿਆ ਜੀ ਕੋਈ ਆਪਾਂ ਲੈਬਰ ਲੈ ਲਿਆ ਕਿਸੇ ਪਾਸੋਂ ਬਾਹਰੋਂ ਬੱਚਾ ਉਠਾ ਲਿਆ ਆਪਾਂ ਤੇ ਜਿਵੇਂ ਉਹਨਾਂ ਨੂੰ ਪਹਿਲਾਂ ਇੱਕ ਵਾਰੀ ਪੁੱਛ ਲਓ ਵੀ ਜਿੱਥੇ ਬੱਚੇ ਦੀ ਉਹਦੀ ਬਰੀਡਿੰਗ ਹੁੰਦੀ ਹੈ ਜੀ ਵੀ ਉੱਥੋਂ ਕੀ ਡਾਈਟਮ ਪਾਉਂਦੇ ਆ ਉਹਨੂੰ ਉਹੀ ਫਿਰ ਲਗਾਤਾਰ ਚੱਲੇ ਜੀ ਫਿਰ ਬੱਚਾ ਬਿਮਾਰ ਨਹੀਂ ਹੁੰਦਾ ਜਦੋਂ ਆਪਾਂ ਉੱਥੋਂ ਫੀਡ ਚੱਲਦੇ ਉਹਨਾਂ ਦੇ ਆਪਾਂ ਕਿ ਉਹਨਾਂ ਨੂੰ ਕੁਛ ਵੀ ਹੋਰ ਦੇ ਦਿੰਦੇ ਹਾਂ ਕੋਈ ਰੋਟੀ ਦੇ ਦਿੰਦੇ ਹਾਂ ਕੋਈ ਦਹੀਂ ਵਗੈਰਾ ਦਿੰਦੇ ਫੀਡ ਬੰਦ ਕਰ ਦਿੰਦੇ ਆ ਫਿਰ ਉਹਨਾਂ ਪੇਟ 'ਚ ਇਨਫੈਕਸ਼ਨ ਹੋ ਜਾਂਦੀ ਆ ਮੌਸਮ ਚੇਂਜ ਕਰਕੇ ਫਿਰ ਉਹਨੂੰ ਪਾਰਵ ਹੋ ਜਾਂਦੀ ਜੀ ਮਤਲਬ ਜਿਹੜੇ ਭਰਾ ਨੇ ਆਪਣੇ ਉਹ ਕਹਿੰਦੇ ਅਸੀਂ ਡੌਗ ਕੈਨਲ ਸਟਾਰਟ ਕਰਨਾ ਹੈਗਾ ਠੀਕ ਹੈ ਉਹਨਾਂ ਬਾਰੇ ਤੁਸੀਂ ਕੀ ਸੁਝਾਅ ਦੋਗੇ ਕਿਹੜੀ ਬਰੀਡ ਮਤਲਬ ਸਟਾਰਟਿੰਗ ਕਰਨੇ ਇਹ ਤਾਂ ਦੇਖੋ ਜੀ ਨਾ ਕਿਸੇ ਨੂੰ ਕੋਈ ਲੈਬਰ ਪਸੰਦ ਆ ਕਿਸੇ ਨੂੰ ਰੁਟੀਨ ਪਸੰਦ ਆ ਨਾ ਜਿਹੜੀ ਉਹਨੂੰ ਚੋਇਸ ਇੱਕ ਤਾਂ ਉਹ ਰੱਖੋ ਇੱਕ ਕੋਈ ਵੀ ਆਪਾਂ ਕਹਿੰਦੇ ਕੰਮ ਸਟਾਰਟਿੰਗ ਕਰਨਾ ਹੁਣ ਤੁਸੀਂ ਅੱਜ ਹੀ ਕਹੋਗੇ ਵੀ ਆਪਾਂ ਅੱਜ ਹੀ ਸਟਾਰਟਿੰਗ ਕਰਕੇ ਵੀ ਆਪਾਂ ਉਹ ਬੰਦੇ ਕਨੀ ਦੇਖ ਕੇ ਦੂਏ ਕਨੀ ਦੇਖ ਕੇ ਵੀ ਮੇਰਾ ਕੰਮ ਉਹ ਲੈਵਲ 'ਤੇ ਹੋ ਜੇ ਨਹੀਂ ਹੁੰਦਾ ਟਾਈਮ ਲੱਗਦਾ ਵੀ ਹੌਲੀ ਹੌਲੀ ਨਾ ਸਾਰਾ ਕੁਛ ਹੀ ਹੋ ਜਾਂਦਾ ਜਦੋਂ ਬੰਦੇ ਵਿੱਚ ਦੀ 1-2 ਸਾਲ ਕੰਮ ਕਰਕੇ ਕੋਈ ਵੀ ਚੀਜ਼ ਲੋਸ ਹੋ ਜਾਂਦਾ ਬੰਦਾ ਕਹਿੰਦਾ ਵੀ ਮੇਰਾ ਹਜੇ ਤੱਕ ਉਹ ਬੰਦੇ ਵਾਂਗੂ ਲੈਵਲ ਨਹੀਂ ਬਣਿਆ ਕੰਮ ਛੱਡ ਜਾਂਦੇ ਆਪਾਂ ਨਹੀਂ ਠੀਕ ਹੈ ਹਿੰਮਤ ਨਾ ਹਾਰੋ ਜੁੜੇ ਰਹੋ ਕੰਮ 'ਚ ਠੀਕ ਹੈ ਹਾਂਜੀ ਇੱਕ ਦਿਨ ਪੱਕਾ ਮੰਜ਼ਿਲ ਤੱਕ ਪਹੁੰਚ ਹੀ ਜਾਂਦਾ ਬੰਦਾ ਇੱਕ ਆ ਮੈਂ ਪਿੱਛੇ ਬਰੀਡ ਦੇਖ ਰਿਹਾ ਕਿਹੜੀ ਬਰੀਡ ਹੈ ਕਹੀ ਮੇਰੇ ਚੋਚੋ ਜੀ ਇਹ ਚੋਚੋ ਹਾਂਜੀ ਬਾਜ ਹੈ ਜੀ ਸਾਡਾ ਦੇਖੋ ਨਹੀਂ ਹੋਰ ਹੀ ਕੁਛ ਹਾਂਜੀ ਇਹ ਬਾਜ ਹੈ ਸਾਡਾ ਜੀ ਇਹ ਤਾਂ ਅੱਖਾਂ ਵੀ ਨਹੀਂ ਦੇਖ ਰਿਹਾ ਨਹੀਂ ਜੀ ਠੀਕ ਹੈ ਤੇ ਮੇਲ ਹੈ ਫੀਮੇਲ ਮੇਲ ਜੀ ਮੇਲ ਮੀਟਿੰਗ ਸੱਤ ਰੱਖਿਆ ਵਾ ਬਾਜ ਠੀਕ ਹੈ ਡਰਦਾ ਜੀ ਤੇ ਕਿੰਨੇ ਕੁ ਟਾਈਮ ਦਾ ਜੀ ਇਹ 2 ਸਾਲ ਦਾ ਜੀ 2 ਸਾਲ ਦਾ ਹਾਂਜੀ ਹਾਂ ਠੀਕ ਹੈ ਰਿਜ਼ਲਟ ਵਧੀਆ ਦਾ ਹਾਂਜੀ ਪੂਰਾ ਵਧੀਆ ਜੀ ਬਰੀਡਿੰਗ ਵਾਸਤੇ ਰੈਡੀ ਪੂਰਾ ਹਾਂਜੀ ਹਾਂ ਠੀਕ ਹੈ ਇਹ ਫੀਸ ਤੇ ਛੱਡੀ ਆ ਜੀ ਆਮ ਅੱਛਾ ਫਿਰ ਲੋਕ ਬਹੁਤ ਤੁਹਾਨੂੰ ਪਤਾ ਜੀ ਅੱਜ ਹੋਰ ਵੀ ਨੇ ਹਾਂਜੀ ਹਾਂ ਇਹ ਵੀ ਮੇਲ ਆ ਜੀ ਹਾਂਜੀ ਇਹ ਮੇਲ ਆ ਜੀ ਠੀਕ ਹੈ ਪਹਿਲਾਂ ਹੀ ਯਾਰ ਦਾ ਤੱਕਾ ਫੌਕ ਕਰ ਦਿੰਦੇ ਠੀਕ ਹੈ ਬਾਜ ਇਹਨਾਂ ਦੇ ਪੱਪੀ ਵੀ ਹੈਗੇ ਨੇ ਆਪਣੇ ਕੋਲ ਹਾਂ ਪੱਪੀ ਇਹਨਾਂ ਦੇ ਆਪਾਂ ਨੂੰ ਨਾ ਆਰਡਰ ਲੈਣਾ ਪੈਂਦਾ ਗਾ ਠੀਕ ਹੈ ਫਿਰ ਆਪਾਂ ਉਹਦੀ ਪੱਪੀ ਲੈ ਕੇ ਦੇ ਦਿੰਦੇ ਜੀ ਆਪਾਂ ਹੋਮ ਦੇ ਘਰ ਨਹੀਂ ਰੱਖਦੇ ਹੈਗੇ ਜੀ ਠੀਕ ਹੈ ਹਾਂ ਕੇਅਰ ਬਹੁਤ ਕਰਨੀ ਪੈਂਦੀ ਜੀ ਮਦਰ ਨੀਚੀ ਹੁੰਦੀ ਪੱਪੀ ਜੀ ਜਦੋਂ ਮੀਟਿੰਗ ਕਰਵਾਉਂਦੇ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਇਹਦਾ ਮਤਲਬ ਜਿਹੜਾ ਪੱਪੀ ਹੁੰਦਾ ਗਾ 45-50 ਦਿਨ ਦਾ ਹਾਂਜੀ ਹਾਂਜੀ ਉਹਦੇ ਕੀ ਫਿਰ ਪ੍ਰਾਈਸ ਚੱਲਦਾ ਉਹਨਾਂ ਦਾ ਉਹਨਾਂ ਦਾ ਪ੍ਰਾਈਸ ਜੀ ਹੁਣ ਵਿੱਚ ਨਾ 2 ਫੇਸ ਹੁੰਦੇ ਜਿਹਨਾਂ ਦੇ ਠੀਕ ਹੈ ਇੱਕ ਨਾਰਮਲ ਇੱਕ ਚਾਈਨਾ ਆਉਂਦਾ ਜੀ ਠੀਕ ਹੈ ਜਿਵੇਂ ਜਿਹੜਾ ਬੰਦਾ ਫੇਸ ਵਾਲਾ ਮੰਗੇ ਜੀ ਉਹ ਆਪਾਂ ਦੇ ਦਿੰਦੇ ਜੀ ਬੰਦੇ ਨੂੰ ਠੀਕ ਹੈ ਹਾਂਜੀ ਆਪਣੇ ਕੋਲ 20,000 ਰੁਪਏ ਸਟਾਰਟਿੰਗ ਹੋ ਜਾਂਦਾ ਜੀ ਮੇਲ ਹਾਂਜੀ ਤੇ ਆਪਣੇ ਕੋਲ ਹੋਰ ਕਿਹੜੀ ਕਿਹੜੀ ਬਰੀਡ ਆ ਜੀ ਆਪਾਂ ਕੋਲ ਸੈਫੜਾ ਜੀ ਲੇਬਰ ਹੈ ਜੀ ਰਿਟੀਵਰ ਠੀਕ ਹੈ ਬੀਗਲ ਠੀਕ ਹੈ ਹਾਂਜੀ ਲਾਸਾ ਜੀ ਲਾਸਾ ਹਾਂਜੀ ਠੀਕ ਹੈ ਕਰੀਏ ਫਿਰ ਗੱਲਬਾਤ ਆਪਾਂ ਹਾਂਜੀ ਹਾਂਜੀ ਕਰੋ ਜੀ ਆ ਜੀ ਆ ਕਿਹੜੇ ਕਿਹੜੇ ਪੱਪੀ ਨੇ ਜੀ ਇੱਥੇ ਇਹ ਜਰਮਨ ਸ਼ੈਫਰਡ ਆ ਜੀ ਲੇਬਰ ਆ ਜੀ ਦਿਖਾ ਜੀ ਮੇਰਾ ਵੀਰੇ ਚੱਕ ਕੇ ਆ ਦੇਖੋ ਜੀ ਆ ਲੇਬਰ ਜਰਮਨ ਸ਼ੈਫਰਡ ਆ ਜੀ ਠੀਕ ਹੈ ਹਾਂਜੀ ਲੌਂਗ ਕੋਟ ਦਾ ਬੱਚਾ ਦੇਖੋ ਜੀ ਲੌਂਗ ਕੋਟ ਚ ਆਏ ਹਾਂਜੀ ਹਾਂ ਠੀਕ ਹੈ ਇਹ ਕਿੰਨੇ ਕੁ ਦਿਨਾਂ ਦਾ ਹੋਏ ਇਹ ਜੀ 1 ਮੰਥ ਦਾ ਜੀ ਇਹ 1 ਮੰਥ ਦਾ ਹਾਂਜੀ ਮੇਲ ਆ ਇਹ ਮੇਲ ਆ ਜੀ ਮੇਲ ਠੀਕ ਹੈ ਹਾਂਜੀ ਇਹਦਾ ਸੇਲ ਤੇ ਵੀਰੇ ਇਹ ਸੇਲ ਤੇ ਸਾਰੇ ਪੱਪੀ ਜੀ ਆਪਣੇ ਕੋਲ ਸੇਲ ਤੇ ਆ ਜੀ ਸਾਰੇ ਸੇਲ ਤੇ ਆ ਹਾਂਜੀ ਹਾਂਜੀ ਠੀਕ ਹੈ ਇਹਦਾ ਕੀ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਦੇ ਦਾਂਗੇ ਆਪਾਂ 12,000 ਰੁਪਏ ਦਾ ਜੀ 12,000 ਦਾ ਹਾਂਜੀ ਹਾਂਜੀ ਠੀਕ ਹੈ ਤੇ ਇੱਧਰ ਆਪਣੇ ਆ ਕੇ ਅੱਗੇ ਆ 2 ਮੇਲ ਆ ਜੀ ਜਰਮਨ 2 ਮੇਲ ਨੇ ਜਰਮਨ ਸੈਫਟ ਦੇ ਹਾਂਜੀ ਠੀਕ ਹੈ ਦੋਨੇ ਡਬਲ ਕੋਟ ਆ ਲੌਂਗ ਕੋਟ ਲੌਂਗ ਕੋਟ ਆ ਜੀ ਲੌਂਗ ਕੋਟ ਆ ਹਾਂਜੀ ਹਾਂਜੀ ਠੀਕ ਹੈ ਕਿੰਨਾ ਡਬਲ ਕੋਟ ਮਿਲ ਜਾਂਦੇ ਆ ਜੀ ਜਿਵੇਂ ਆਪਾਂ ਨੂੰ ਬੰਦਾ ਕਹੇ ਜੀ ਚਾਹੀਦਾ ਬੱਚਾ ਅੱਜ ਕਾਲ ਕੀਤੀ ਮਾਰਨਿੰਗ ਨੂੰ ਬੱਚਾ ਮਿਲ ਜੂਗਾ ਜੀ ਠੀਕ ਹੈ ਆਪਣੇ ਕੋਲ ਮੀਟਿੰਗ ਪੱਕਾ ਪੱਕਾ ਜੀ ਅੱਛਾ ਜੇ ਕੋਈ ਮਤਲਬ ਬਾਹਰੋਂ ਵੀਰ ਕਹਿੰਦਾ ਵੀਰੇ ਸਾਡੀ ਡਿਲੀਵਰੀ ਕਰ ਦਿਓ ਹੋ ਜੂ ਵੀਰੇ ਉਹਦਾ ਆਪਣੇ ਜੋ ਜਾਣਦਾ ਰੈਂਟ ਰੂੰਟ ਅੱਡ ਹੋ ਰਹੂਗਾ ਠੀਕ ਹੈ ਬੱਚਾ ਪਹੁੰਚਦਾ ਹੋਈ ਜਦੋਂ ਉਹਨਾਂ ਦੇ ਘਰੀ ਪਹੁੰਚਦਾ ਕਰ ਦਿਓ ਹਾਂਜੀ ਆਲ ਇੰਡੀਆ ਚੱਲਦਾ ਜੀ ਆਲ ਇੰਡੀਆ ਹਾਂਜੀ 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 ਅੱਗੇ ਉਹ ਕਿਹੜਾ ਬੈਠੇ ਨੇ ਜੀ ਉਹ ਲੇਬਰ ਮੇਲ ਹੈ ਜੀ ਜੱਕੇ ਵੀਰੇ ਹਾਂਜੀ ਅੱਛਾ ਅੱਛਾ
ਲੈਬਰ ਆਏ ਹਾਂ ਜੀ ਹਾਂ ਠੀਕ ਹੈ ਇਹ ਕਿੰਨੇ ਕੁ ਟਾਈਮ ਦਾ ਹੋ ਜੀ ਵੀਰੇ ਇਹ ਇੱਕ ਮੰਥ ਦੇ ਬੱਚੇ ਜੀ ਆਪਣੇ ਕੋਲ ਇੱਕ ਮੈਸਰ 35 ਦਿਨ ਹੋ ਲੱਗੇ ਜੀ ਆਪਣੇ ਕੋਲੇ 45-50 ਦਿਨ ਤੱਕ ਬੱਚੇ ਹੁੰਦੇ ਜੀ ਸਾਰੇ ਠੀਕ ਹੈ ਹਾਂ ਜੀ ਹਾਂ ਕਿਦਾਂ ਨਾ ਪੇਪਰ ਵਗੈਰਾ ਮਿਲਣਗੇ ਹਾਂ ਜੀ ਜਿਹਨੂੰ ਪੇਪਰ ਚਾਹੀਦੇ ਪੇਪਰ ਮਿਲ ਜਾਣਗੇ ਜੀ ਜਿਹਨੂੰ ਵਿਦਆਊਟ ਪੇਪਰ ਵਿਦਆਊਟ ਪੇਪਰ ਹੀ ਪੇਪਰ ਤੁਹਾਨੂੰ ਪਤਾ ਮਹਿੰਗਾ ਮਿਲ ਜਾਂਦਾ ਹੈ ਨਾ ਜੀ ਠੀਕ ਹੈ ਇਸ ਕਰਕੇ ਜੀ ਇਹਦਾ ਕੀ ਪ੍ਰਾਈਸ ਹੈ ਵੀਰੇ ਇਹਦਾ ਮੇਲ ਦਾ ਹੈ 10,000 ਰੁਪਏ ਜੀ ਮੇਲ ਦਾ 10,000 ਹਾਂ ਜੀ ਪੂਰੀ 100 ਟੇਲ ਹੈ ਜੀ ਠੀਕ ਹੈ ਮਤਲਬ ਵਧੀਆ ਕੁਆਲਿਟੀ ਜੀ ਆਪਣੀ ਗਾਰੰਟੀ ਹੋਈ ਕੁਆਲਿਟੀ ਦੀ ਕੁਆਲਿਟੀ ਚ ਹੈ ਨਾ ਹਾਂ ਜੀ ਹਾਂ ਤੇ ਇੱਕ ਉਹ ਬਲੈਕ ਜਿਹਾ ਬੈਠਾ ਇੱਥੇ ਲਾਇਬ੍ਰੇਰੀ ਬਲੈਕ ਲੈਬਰੇ ਵੀ ਮੇਲ ਹੈ ਜੀ ਮੇਲ ਹੈ ਵੀ ਹਾਂਜੀ 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 ਠੀਕ ਹੈ ਇਹ ਡਿਫਰੈਂਟ ਜਿਹਾ ਲੱਗ ਰਿਹਾ ਨਾ ਪੂਰਾ ਹਾਂਜੀ ਆ ਬਲੈਕ ਤੁਹਾਨੂੰ ਪਤਾ ਜੀ ਬਲੈਕ ਦੀ ਚਾਹਵਣ ਵੱਧਾਂਗੇ ਲੋਕ ਬਲੈਕ ਉੱਤੇ ਵੱਧ ਰੱਖਦੇ ਨੇ ਸਹੀ ਹੈ ਸਹੀ ਹੈ ਹਾਂਜੀ ਹਾਂ ਇਹ ਕਿੰਨੇ ਕੁ ਟਾਈਮ ਦਾ ਹੈ ਇਹ ਵੀ 1 ਮੰਥ ਦੀ ਸਾਰੀ ਆਪਾਂ 1 ਮੰਥ ਦੀ ਹਾਂਜੀ ਹਾਂ ਠੀਕ ਹੈ ਇਹਦੀ ਕੀ ਡਿਮਾਂਡ ਇਹ ਵੀ 10,000 ਰੁਪਏ ਜੀ ਇਹ ਵੀ 10,000 ਹਾਂਜੀ ਹਾਂ ਆ ਵੀ 2 ਲੈਬਰੇ ਹੋ ਗਏ ਹਾਂਜੀ ਹਾਂ ਆਪਣਾ ਬਾਜਬ ਰੇਟ ਹੁੰਦਾ ਜੀ ਆਪਣਾ ਕੋਈ ਵੱਧ ਨਹੀਂ ਆਪਾਂ ਕਹਿੰਦੇ ਠੀਕ ਹੈ ਹਾਂਜੀ ਹਾਂ ਠੀਕ ਹੈ ਤੇ ਆਪਣੇ ਉਹ ਕਿਹੜੇ ਪੈਬਰੇ ਉਹ ਸ਼ਰਟ ਜੂ ਜੀ ਦਿਖਾਇਓ ਮੜਾ ਜੀ ਸ਼ਰਟ ਜੂ ਆ ਗਏ ਜੀ ਹੈ ਹਾਂਜੀ ਹਾਂ ਇਹ ਦੇਖ ਲਓ ਪੂਰਾ ਡਿਫਰੈਂਟ ਆ ਨਾ ਜੀ ਵੀਰੇ ਹਾਂਜੀ ਹਾਂ ਦੇਖੋ ਜੀ ਫੁੱਲ ਮਾਰਕਿੰਗ ਮਿਲੂ ਜੀ ਆਪਣੇ ਕੋਲੇ ਠੀਕ ਹੈ ਪੂਰਾ ਬੱਚੇ ਫਲਵੀ ਹੋ ਜੀ ਇਹ ਹੈਗੇ ਜੀ 2 ਮੰਥ ਦੇ ਜੀ 2 ਮੰਥ ਦੇ ਹਾਂਜੀ ਮਤਲਬ ਜਦੋਂ ਨਾ ਵੱਡੇ ਹੋਣਾ ਦਾ ਵਾਲ ਵੂਲ ਕਾਫੀ ਆ ਜਾਣਾ ਨੇ ਬਹੁਤ ਬਹੁਤ ਜੀ ਨੇ ਬਹੁਤ ਕੇਅਰ ਕਰਨੀ ਪੈਂਦੀ ਇਹ ਚੀਜ਼ਾਂ ਦੀ ਜੀ ਹਾਂਜੀ ਹਾਂ ਜਿੱਦਾਂ ਮੈਂ ਇੱਕ ਡਾਕਟਰ ਤੋਂ ਦੇਖਿਆ ਸੀਗਾ ਮਤਲਬ ਪੂਰੇ ਹੇਅਰ ਆ ਫੇਸ ਤੇ ਆ ਜਾਂਦੇ ਤੇ ਹਾਂ ਪੂਰੇ ਹੇਅਰ ਫੇਸ ਤੇ ਨੇ ਕਟਿੰਗ ਵੀ ਕਰਾਉਣੀ ਪੈਂਦੀ ਨੱਕ ਨੂੰ ਕੋਲ ਵਾਲ ਕਟਵਾਉਣੇ ਪੈਂਦੇ ਨੇ ਅੱਛਾ ਹਾਂਜੀ ਹਾਂ ਬਹੁਤ ਕੇਅਰ ਕਰਨੀ ਪੈਂਦੀ ਇਹ ਚੀਜ਼ ਦੀ ਪਰ ਸੋਹਣੇ ਬਹੁਤ ਲੱਗਦੇ ਜੀ ਫੈਮਿਲੀ ਡਾਓ ਆ ਜੀ ਇਹ 2 ਮੰਥ ਦੇ ਹੋਗੇ ਹਾਂਜੀ 2 ਮੰਥ ਦੇ ਹੋਗੇ ਜੀ ਠੀਕ ਹੈ ਇਹਦਾ ਕੀ ਪ੍ਰਾਈਸ ਹੈ ਵੀਰੇ ਇਹ ਜੀ ਮੇਲ ਹੈਗਾ ਜੀ 12,000 ਰੁਪਏ ਦਾ ਫੀਮੇਲ 11,000 ਰੁਪਏ ਦੀ ਫੀਮੇਲ 11,000 ਦੀ ਹਾਂਜੀ ਹਾਂਜੀ ਠੀਕ ਹੈ ਅੱਛਾ ਇੱਕ ਜਿਹੜੇ ਮਤਲਬ ਨਵੇਂ ਵੀਰ ਮਤਲਬ ਸਟਾਰਟਿੰਗ ਕਰਨਾ ਚਾਹੁੰਦੇ ਨੇ ਆਪਣਾ ਕੰਮ ਉਹਨਾਂ ਦਾ ਮਤਲਬ ਕਈ ਵਾਰ ਨਾ ਕਹਿੰਦੇ ਵੀ ਸਮੈਲ ਆਉਣ ਲੱਗ ਜਾਂਦੀ ਹੈਗੀ ਪਪੀਸ ਦੇ ਵਿੱਚ ਉਹ ਉਸ ਤੋਂ ਨਹੀਂ ਵੀਰੇ ਪਰ ਗੱਲ ਕੀ ਜਦੋਂ ਆਪਾਂ ਪਪੀ ਸਮੈਲ ਤਾਂ ਆਉਂਦੀ ਜਦੋਂ ਉਹ ਬਰੀਡਿੰਗ ਹੁੰਦੀ ਹੈ ਨਹੀਂ ਬੱਚੇ ਕੀ ਵਾਰ ਬੱਚਾ ਹੁੰਦਾ ਸ਼ੈਂਪੂ ਨਹੀਂ ਕਰਦਾ ਜੀ ਉਹ ਬਰੀਡਿੰਗ ਵਾਲਾ ਬੱਚੇ ਉਹ ਸਮੈਲ ਆਉਣ ਲੱਗ ਜਾਂਦੀ ਹੈ ਠੀਕ ਹੈ ਇਹਨੂੰ ਪਹਿਲਾਂ ਸ਼ੈਂਪੂ ਸ਼ੈਂਪੂ ਕਰੋ ਕੇਅਰ ਵਧੀਆ ਕਰੋ ਜੀ ਤਾਂ ਕਰਕੇ ਸਮੈਲ ਨਹੀਂ ਆਉਂਦੀ ਹੈਗੀ ਠੀਕ ਹੈ ਜਦੋਂ ਇਹ ਸ਼ੈਂਪੂ ਨਹੀਂ ਕਰਨੇ ਬੱਚਾ ਨਾ ਸਹੀ ਗੱਲ ਸਮੈਲ ਤਾਂ ਆਉਣੀ ਹੈ ਠੀਕ ਹੈ ਕਿੰਨੇ ਕੁ ਦਿਨਾਂ ਬਾਅਦ ਨਾ ਹੋਣਾ ਪੈਂਦਾ ਇਹਨਾਂ ਨੂੰ ਇਹ ਹਫ਼ਤੇ ਕੁ ਬਾਅਦ ਇੱਕ ਵਾਰ ਬਹੁਤ ਜੀ ਠੀਕ ਹੈ ਹਾਂਜੀ ਡੇਲੀ ਨਾ ਹੋਣੇ ਸਕਿਨ ਖਰਾਬ ਹੋ ਜਾਂਦੀ ਹੈ ਹੇਅਰ ਜੀ ਇਹਨਾਂ ਦਾ ਠੀਕ ਹੈ ਠੀਕ ਹੈ ਠੀਕ ਹੈ ਉਹ ਅਗਲੇ ਕਿਹੜੇ ਨੇ ਵੀਰੇ ਉਧਰ ਪਿੰਜਰੇ ਚ ਇੱਥੇ ਰੌਡ ਵੀਲਰ ਮੇਲ ਪਿਆ ਜੀ ਰੌਡ ਵੀਲਰ ਵੀ ਆ ਹਾਂਜੀ ਹਾਂਜੀ ਠੀਕ ਹੈ ਦਿਖਾਈ ਵੀਰੇ ਉਹ ਰੌਡ ਵੀਲਰ ਇਹਦਾ ਖਾਸਾ ਹੀ ਪਤੰਦਰ ਹੈ ਹਾਂਜੀ ਕੌੜੀ ਜੀ ਇਹਨਾਂ ਸਾਲ ਦਾ ਕੋਈ ਕਰ ਹਾਂਜੀ ਹਾਂਜੀ ਜੀ ਸਹੀ ਆ ਇਹਦਾ ਮਤਲਬ ਪੂਰਾ ਕਿੰਨੀ ਕ ਹਾਈਟ ਹੋ ਜਾਂਦੀ ਦੀ ਲੰਬ ਹੋ ਗਈ ਜੋ ਹਾਈਟ ਤਾਂ ਬਹੁਤ ਹੁੰਦੀ ਇਹਨਾਂ ਦੀ ਅੱਛਾ ਹਾਂਜੀ 100 ਗਣਾ ਪੱਲਣੇ ਪੈਂਦੇ ਜੀ ਵੀ ਠੀਕ ਹੈ ਹਾਂਜੀ ਹਾਂ ਇਹ ਕਿਹੜੀ ਹੈ ਰੌਡ ਵੀਲਰ ਜੀ ਮੇਲ ਹੈ ਜੀ ਰੌਡ ਵੀਲਰ ਮੇਲ ਹੈ ਹਾਂਜੀ ਠੀਕ ਹੈ ਕੁਆਲਿਟੀ ਕੁਆਲਿਟੀ ਦੀ ਆਪਣੇ ਕੋਲ ਗਾਰੰਟੀ ਹੋ ਜੀ ਠੀਕ ਹੈ ਹਾਂਜੀ ਕਿੰਨੇ ਕੁ ਟਾਈਮ ਦਾ ਹੋਏ 1 ਮੰਥ ਦਾ ਜੀ ਇਹ ਵੀ 1 ਮੰਥ ਦਾ ਹਾਂਜੀ ਇਹਦਾ ਫਿਰ ਕੀ ਪ੍ਰਾਈਸ ਆ ਇਹਦਾ ਹੈਗਾ ਜੀ 15,000 ਰੁਪਏ 15,000 ਮਤਲਬ ਇਹਨਾਂ ਨਾਲੋਂ ਇਹ ਵਧੀਆ ਐਕਸਪੈਂਸਿਵ ਹੈ ਇਹ ਚੀਜ਼ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਡਿਮਾਂਡ ਵੱਧਦਾ ਜੀ ਇਹਨਾਂ ਦੀ ਕੋਈ ਲੋਕ ਫਾਰਮ ਫੋਰਮ ਵਿੱਚ ਬਹੁਤ ਲੈ ਕੇ ਜਾਂਦੇ ਜੀ ਠੀਕ ਹੈ ਹਾਂਜੀ ਹਾਂ ਮਤਲਬ ਜਿਵੇਂ ਆਪਾਂ ਘਰੇ ਰੱਖਦੇ ਹਾਂਗੇ ਮਤਲਬ ਫ੍ਰੈਂਡਲੀ ਹੋ ਜਾਂਦੇ ਕਿਦਾਂ ਮਤਲਬ ਫ੍ਰੈਂਡਲੀ ਹੋ ਜਾਂਦੇ ਜੀ ਵਧੀਆ ਜਿਵੇਂ ਆਪਾਂ ਜਿਵੇਂ ਇਹਨਾਂ ਨੂੰ ਕਰਾਂ ਕੇਅਰ ਕਰਾਂਗੇ ਇਹਨਾਂ ਨੂੰ ਕੁਝ ਸਿਖਾਵਾਂਗੇ ਉਦਾਂ ਬਣ ਜਾਂਦੇ ਨੇ ਜੀ ਠੀਕ ਹੈ ਵਿੱਚ ਕਹਿੰਦੇ ਕੌੜ ਆ ਜੀ ਹੁਣ ਬੰਦੇ ਕੀ ਵੀ ਵਿੱਚ ਜੀ ਇਹਨਾਂ ਨੂੰ ਕੈਦ ਕਰ ਲੈਂਦੇ ਪਿੰਜਰੇ ਜੀ ਫਿਰ ਕੌੜ ਹੀ ਹੋਣਾ ਜੀ ਕੌੜ ਹੋ ਜਾਂਦੇ ਫੈਮਿਲੀ ਖਾਤਰ ਰੱਖਦੇ ਫੈਮਿਲੀ ਖਾਤਰ ਰਹਿੰਦੇ ਜੀ ਮਤਲਬ ਉਹੀ ਫਿਰ ਬਾਹਰਲੇ ਬੰਦੇ ਨੂੰ ਫਿਰ ਦੇਖ ਕੇ ਜਾਂਦੇ ਨੇ ਇਹ ਕਹਿਣ ਦਾ ਮਤਲਬ ਠੀਕ ਹੈ ਤੇ ਅੱਗੇ ਵੀਰੇ ਕਰੀਏ ਆਪਾਂ ਗੱਲ ਹਾਂ ਜੀ ਚਲੀ ਵੀਰੇ ਅੱਗੇ ਦਿਖਾ ਦੇ ਵੀਰੇ ਕਿਹੜੇ ਨੇ ਵੀਰੇ ਉਹ ਆ ਰਟੀਵਰ ਹੈ ਜੀ ਇਹ ਸਾਰੇ ਰਟੀਵਰ ਹੀ ਨੇ ਹਾਂ ਸਾਰੇ ਮੇਲ ਹੀ ਮੇਲ ਜੀ ਇਹ ਸਾਰੇ ਮੇਲ ਹੀ ਨੇ ਹਾਂਜੀ ਠੀਕ ਹੈ ਦਿਖਾਈ ਵੀਰੇ ਕੱਢ ਕੇ ਬਾਹਰ ਅੱਛਾ ਇਹ ਰਟੀਵਰ ਹੈ ਜੀ ਗੋਲਡਨ ਰਟੀਵਰ ਕਹਿੰਦੇ ਨੇ ਹਾਂਜੀ 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 ਠੀਕ ਹੈ ਮਤਲਬ ਵਧੀਆ ਕੁਆਲਿਟੀ ਜਾਣਾ ਵੀਰੇ ਹਾਂਜੀ ਹਾਂ ਜੇ ਸਭ ਤੋਂ ਜਿਹੜਾ ਮੰਨੇ ਕਹਿੰਦੇ ਫੈਮਿਲੀ ਡੌਗ ਹੈ ਜੀ ਅੱਛਾ ਹਾਂਜੀ ਹਾਂ ਠੀਕ ਹੈ ਮਤਲਬ ਜ਼ਿਆਦਾਤਰ ਲੇਡੀਜ਼ ਵੀ ਦੇਖਿਆ ਮਤਲਬ ਇਹ ਰਟੀਵਰ ਵਗੈਰਾ ਹਾਂਜੀ ਹਾਂ ਬਹੁਤ ਹੀ ਸਭ ਤੋਂ ਬੱਚੇ ਹੀ ਵੱਧ ਪੈਂਦੇ ਸਾਡੇ ਕੋਲ ਜੀ ਰਟੀਵਰ ਦਾ ਜੀ ਠੀਕ ਹੈ ਹਾਂਜੀ ਇਹ ਕਿੰਨੇ ਕੁ ਟਾਈਮ ਦਾ ਵੀਰੇ 1 ਮੰਥ ਦਾ ਜੀ ਇਹ ਵੀ 1 ਮੰਥ ਦਾ 32 ਦਿਨਾਂ ਦਾ ਜੀ ਹਾਂਜੀ 32 ਦਿਨਾਂ ਦਾ ਠੀਕ ਹੈ ਇਹਦੀ ਫਿਰ ਕੀ ਡਿਮਾਂਡ ਹੈ ਜੀ ਇਹ ਆਪਾਂ ਕਹਿੰਦੇ 15,000 ਰੁਪਏ ਦਾ ਮੇਲ 15,000 ਦਾ ਮੇਲ ਹਾਂਜੀ ਆਪਾਂ ਗੱਲ ਕਰਦੇ ਹਾਂਗੇ ਨਾ ਇਹਨਾਂ ਬਾਰੇ ਕਿਹੜੀ ਕਿਹੜੀ ਬੀੜ ਹਨਾ ਆ ਜਾ ਮੜਾ ਦਿਖਾ ਹਾਂਜੀ ਆ ਵੀਰੇ ਕਿਹੜੀ ਬਰੀਡ ਆ ਇਹ ਵੀਰੇ ਹਸਕੀ ਹੈਗੀ ਹਸਕੀ ਹੈ ਹਾਂਜੀ ਬਲੈਕ ਵਾਈਟ ਵੀਰੇ ਸਵੇਰੀਅਨ ਨਾਲ ਹੋਈ ਆ ਹਾਂਜੀ ਸਵੇਰੀਅਨ ਹਸਕੀ ਹਾਂਜੀ ਹਾਂਜੀ ਉਹ ਹੈ ਜੀ ਦੇਖੋ ਠੀਕ ਹੈ ਬਲੂ ਆਏ ਜੀ ਬਲੂ ਆਏ ਜਾ ਹਾਂਜੀ ਕਿੱਦਾਂ ਮਤਲਬ ਸਟੱਡ ਹੈ ਨਹੀਂ ਫੀਮੇਲ ਹੈ ਜੀ ਇਹ ਫੀਮੇਲ ਆ ਹਾਂਜੀ 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 ਠੀਕ ਹੈ ਮਤਲਬ ਲੀਟਰ ਵਗੈਰਾ ਲੈਤੇ ਹੋ ਹਾਂ 2 ਲੈਤੇ ਆ ਜੀ 2 ਲੀਟਰ ਆਪਾਂ ਜਾਇਜ਼ ਕਰਤਾ ਇਹਦੀ ਬੱਚੀ ਵੇਚ ਦੀ ਹੋਮ ਬਰੀਡਿੰਗ ਕਰਕੇ ਜਿਵੇਂ ਲੋਕਲ ਕਸਟਮਰ ਨੂੰ ਬੱਚਾ ਦੇਣਾ ਜੀ ਠੀਕ ਹੈ ਹਾਂਜੀ ਹਾਂ ਤੇ ਹੋਰ ਵੀ ਫੀਮੇਲ ਹੈਗੀ ਨੇ ਆਪਣੇ ਤੇ ਫਾਰਮ ਦੇ ਅੰਦਰ ਰੱਖੀ ਹੋਈ ਜੀ ਠੀਕ ਹੈ ਮਤਲਬ ਇਹਦਾ ਰਿਜ਼ਲਟ ਵਧੀਆ ਹੈਗਾ ਪੂਰਾ 1 ਨੰਬਰ ਜੀ
ਬਰਫ ਤੇ ਰਹਿੰਦੀ ਹੈ, ਕੋਈ ਇਸ਼ੂ ਨੀ ਗਾ ਜੀ ਆਪਣੇ ਕੋਲੇ, ਠੀਕ ਹੈ, ਪੂਰੇ ਰਹਿੰਦੀ ਤੁਹਾਨੂੰ ਪਤਾ ਜੀ ਫਾਰਮ ਦੀ ਸਾਰੇ ਇਕੱਠੇ ਨਾਲ ਹੀ ਫਿਰਦੀ ਆ, ਠੀਕ ਹੈ, ਮਤਲਬ ਗਰਮੀ ਦੇ ਵਿੱਚ ਕੋਈ ਏਸੀ ਵਗੈਰਾ ਦਾ ਨਹੀਂ, ਕੋਈ ਚੱਕਰ ਨੀ ਜੀ, ਆਪਣੇ ਕੋਲ ਰਹਿੰਦੇ ਹਾਂ ਜੀ ਦਰਖਤ ਥੱਲੇ, ਠੀਕ ਹੈ, ਹਾਂਜੀ ਹਾਂਜੀ, ਤੇ ਉਧਰ ਕਿਹੜੀ ਬਰੀਡ ਆ ਗਈ ਵੀਰੇ? ਉਹ ਵੀਗਲ ਆ ਜੀ, ਵੀਗਲ, ਹਾਂਜੀ ਹਾਂ, ਠੀਕ ਹੈ, ਇਹ ਮਤਲਬ ਜ਼ਿਆਦਾ ਛੋਟੀ ਹੈ? ਨਹੀਂ ਬਾਜੀ ਉਹ ਹਾਈਟ ਵਧੀਆ ਜੀ, ਅੱਛਾ, ਹਾਂਜੀ ਹਾਂ, ਬੁੱਠੀ ਆ, ਡੋਗੀ ਬਹੁਤ ਸੋਹਣਾ ਜੀ, ਮੇਲ ਹੈ ਉਹ, ਤੇ ਹਾਂ ਮੇਲ ਆ ਜੀ, ਸਟੱਡ ਆ ਜੀ, ਫੀਮੇਲ ਵੀ ਨਾਲ ਦੀ 10 ਫੀਮੇਲ ਆਪਣੇ ਕੋਲ ਹੈਗੀਆਂ ਨੇ ਜੀ, ਅੱਛਾ, ਹਾਂਜੀ ਹਾਂਜੀ, ਠੀਕ ਹੈ ਠੀਕ ਹੈ, ਇਹ ਫਿਰ ਕਿੱਦਾਂ ਮਤਲਬ ਵਧੀਆ ਨੇ, ਫਰੈਂਡਲੀ ਹੈ ਵੀ? ਪੂਰੇ ਸਾਰੇ ਆਪਣੇ ਡੋਗੀ ਫਰੈਂਡਲੀ ਨੇ ਸਾਰੇ ਜੀ, ਠੀਕ ਹੈ, ਤੇ ਬਾਕੀ ਆਪਣੇ ਕੇਅਰ ਤੇ ਹੁੰਦਾ ਜੀ, ਕੇਅਰ ਤੇ, ਹਾਂਜੀ ਹਾਂਜੀ, ਪਰ ਰਿਸ਼ਤੇ ਆਨੇ ਜਿੱਦਾਂ ਕਹਦੇ ਨੇ ਜਿੱਦਾਂ ਆਪਾਂ ਜਵਾਹ ਨੂੰ ਸਿਖਾਵਾਂਗੇ ਉਦਾਂ ਹੀ ਬਣ ਜਾਂਦੇ, ਸਹੀ ਗੱਲ ਆ ਜੀ, ਠੀਕ ਹੈ ਠੀਕ ਹੈ, ਜਦੋਂ ਆਪਾਂ ਸਿਖਾਵਾਂਗੇ ਗੱਲਬਾਤ ਕਰਾਂਗੇ ਉਦਾਂ ਹੀ ਸਾਰੇ ਕਰਦਾ ਜੀ, ਇਹਦਾ ਰਿਜ਼ਲਟ ਵਧੀਆ ਹੈਗਾ? ਹਾਂਜੀ ਪੂਰਾ ਵਧੀਆ ਜੀ, ਠੀਕ ਹੈ, ਸਾਰੇ ਆਪਣੇ ਕੋਲ ਕੁੱਤੇ ਰਿਜ਼ਲਟ ਪ੍ਰੂਫ ਪੂਰੇ ਵਧੀਆ ਨੇ ਜੀ, ਕੋਈ ਆਏ ਨਹੀਂ ਨਾ ਕੋਈ ਲਾਂਭਾ ਆਉਂਦਾ, ਠੀਕ ਹੈ, ਹਾਂਜੀ ਹਾਂ, ਤੇ ਉਧਰ ਆਪਣੀ ਕਿਹੜੀ ਵੀਰੇ? ਉਹ ਜਰਮਨ ਸੈਪੜਾ ਜੀ, ਜਰਮਨ ਸੈਪੜਾ, ਹਾਂਜੀ ਹਾਂ, ਉਹ 10 ਮਹੀਨਿਆਂ ਤੋਂ ਹੈ ਜੀ, 10 ਮਹੀਨਿਆਂ ਦਾ, ਹਾਂਜੀ ਹਾਂਜੀ, ਠੀਕ ਹੈ, ਮੇਲ ਹੈ ਜੀ? ਮੇਲ ਹੈ ਜੀ, ਕਿਦਾਂ ਸਟਾਰ ਸਟਾਰਟ? ਹਾਂ ਸਟਾਰਟ ਸਟਾਰਟ ਸਰਵਿਸ ਜੀ, ਠੀਕ ਹੈ, ਹਾਂਜੀ, ਲਈਏ ਵੀਰੇ ਤੋਂ ਸਰਵਿਸ ਪਹਿਲਾਂ? ਨਹੀਂ ਹਜੇ ਜੀ ਕਰਨਾ ਜੀ, ਸਟਾਰਟਿੰਗ ਕੀਤਾ ਨਹੀਂ ਇਹਦਾ ਜੀ, ਇਹਦਾ ਪਿਓ ਹੈਗਾ ਜੀ, ਉਹ ਤੁਹਾਨੂੰ ਕੇਜ ਦਿਖਾਵਾਂਗੇ ਬਸ ਤੋਂ ਐਂਡ ਤੇ ਸਾਰੇ ਡੋਗੀ ਇੱਕ ਵਾਰੀ, ਠੀਕ ਹੈ, ਹਾਂਜੀ ਹਾਂ, ਫਿਰ ਬਹੁਤ ਤੰਗ ਕਰਦੇ ਬਾਜੀ, ਸਾਰੇ ਡੋਗੀ ਕੱਢ ਲਏ ਬਾਜੀ, ਹਾਂਜੀ ਥੋੜਾ ਕੇਅਰ ਆਫ ਕਰਨੀ ਥੋੜੀ ਥੋੜਾ ਔਖਾ ਹੋ ਜਾਂਦਾ ਨਾ, ਹਾਂਜੀ ਹਾਂਜੀ, ਤੇ ਮੈਂ ਇੱਕ ਚੀਜ਼ ਹੋਰ ਦੇਖੀ ਹੈਗੀ, ਡੌਗਸ ਦੇ ਨਾਲ ਨਾਲ ਨਾ ਤੁਸੀਂ ਇੱਕ ਖਰਗੋਸ਼ ਵੀ ਰੱਖ ਰੱਖੇ ਸਾਰੇ ਸੌਂ ਗਏ ਜੀ, ਖਰਗੋਸ਼ ਜੀ ਬਹੁਤ ਦਿਖਾ ਦੇ ਵੀਰ ਨੇ, ਤੇ ਖਰਗੋਸ਼ ਵੀ ਰੱਖ ਰੱਖੇ ਨੇਗੇ, ਠੀਕ ਹੈ, ਉਧਰ ਦੇਖਿਆ ਜਾ ਵੀਰੇ ਕਬੂਤਰ ਵੀ ਵੀਰ ਨਾਲ ਰੱਖੇ ਨੇ, ਕਬੂਤਰ ਵੀ ਸਾਰੇ ਕੋਸੀ ਰੱਖੇ ਹੋਏ ਨੇ, ਰੱਖਿਆ ਕੁਝ ਨਹੀਂ, ਬੱਤਕਾਂ ਵੀ ਹੈਗੀਆਂ ਨੇ ਜੀ, ਬੱਤਕਾਂ, ਹਾਂ ਮੱਸੀਆਂ ਵੀ ਹੈਗੀਆਂ ਨੇ ਜੀ, ਮੱਸੀਆਂ ਸਾਰਾ ਕੁਝ ਰੱਖਿਆ ਬਾਈ ਆਪਣਾ, ਠੀਕ ਹੈ, ਹਾਂਜੀ ਹਾਂ, ਜਿੱਦਾਂ ਖਰਗੋਸ਼ ਵੀ ਭੇਜਦੇ ਵੀਰੇ? ਨਹੀਂ ਉਹ ਸ਼ੌਂਕ ਲਈ ਖਾਤਰ ਕੋਈ ਫਰੈਂਡ ਫਰੁੰਡ ਆ ਜਾਂਦਾ ਕੋਈ ਲੈ ਜਾਂਦਾ ਜੀ, ਰੱਖਣ ਦੀ ਖਾਤਰ ਉਹ ਭੇਜੇ, ਆਪਾਂ ਸੇਲ ਹੀ ਕਰਦੇ ਜੀ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਚਲੋ ਚਲੋ ਵੀਰ ਆਪਾਂ ਹੁਣ ਦਿਖਾ ਦਿੰਦੇ ਨਾ ਅੰਦਰਲਾ ਮਤਲਬ ਜਿਹੜੇ ਕਿਹੜੀ ਕਿਹੜੀ ਬੀਜ, ਹਾਂਜੀ ਹਾਂ, ਆ ਜਾਓ ਜੀ ਸਭ ਦਿਖਾ ਦਿਓ ਸਾਨੂੰ, just wish she knew.